भैंस छोटा भरा है वो कुछ भी कह सकता है, लेकिन फर्क इन्ना ही है भी वो ऑपोजिशन दे विच है मैं सरकार च, इहदा बड़ा वड्डा फर्क हुंदा भाई। उहदी अपनी ईमानदारी है, उहदा अपना एक वर्चस्व है, उहदा ही भी सम्मान करदे हां असीं। मैं मुंशी लग्या तो मैं पता है भी परचा कादा दिता तो की दिता। विधायक सिमरजीत सिंह बैंस वालों मारिया छापा, बैंस लई परचे दे रूप च नवी मुसीबत बनिया। ਤਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਮਾਰੇ ਛਾਪੇ ਤੇ 8 ਅਧਿਕਾਰੀ ਮੁਅੱਤਲ ਕਰ ਦਿੱਤੇ ਗਏ। ਵਿਧਾਇਕ ਅਤੇ ਮੰਤਰੀ ਵੱਲੋਂ ਮਾਰੇ ਇਸ ਛਾਪੇ 'ਚ ਫਰਕ ਇਹਨਾਂ ਹੈ ਕਿ ਵਿਧਾਇਕ ਵਿਰੋਧੀ ਧਿਰ ਦੇ ਸਨ ਤਾਂ ਉਹਨਾਂ ਤੇ ਪਰਚਾ ਦਰਜ ਹੋ ਗਿਆ, ਜਦਕਿ ਸਿੱਧੂ ਦੀ ਛਾਪੇ ਮਾਰੀ ਤੇ ਅਧਿਕਾਰੀ ਮੁਅੱਤਲ ਕਰ ਦਿੱਤੇ ਗਏ, ਕਿਉਂਕਿ ਮੰਤਰੀ ਸਿੱਧੂ ਦੀ ਆਪਣੀ ਸਰਕਾਰ ਹੈ। ਸਰਕਾਰ ਦੇ ਇਸ ਫਰਕ ਨੂੰ ਅਸੀਂ ਨਹੀਂ ਸਗੋਂ ਖੁਦ ਮੰਤਰੀ ਨਵਜੋਤ ਸਿੰਘ ਸਿੱਧੂ ਦੱਸ ਰਹੇ ਨੇ, ਹਾਲਾਂਕਿ ਸਿੱਧੂ ਨੇ ਬੈਂਸ ਦੀ ਇਮਾਨਦਾਰੀ ਦੀ ਵੀ ਦਾਦ ਦਿੱਤੀ ਹੈ। ਬੈਂਸ ਛੋਟਾ ਭਰਾ ਹੈ ਉਹ ਕੁਛ ਵੀ ਕਹਿ ਸਕਦਾ, ਲੇਕਿਨ ਫਰਕ ਇੰਨਾ ਹੀ ਹੈ ਵੀ ਉਹ ਆਪੋਜੀਸ਼ਨ ਦੇ ਵਿੱਚ ਹੈ ਮੈਂ ਸਰਕਾਰ 'ਚ, ਇਹਦਾ ਬੜਾ ਵੱਡਾ ਫਰਕ ਹੁੰਦਾ ਭਾਈ। ਸਰਕਾਰ ਦਾ ਵਕਾਰ ਹੁੰਦਾ ਠੀਕ ਹੈ ਕਿ ਨਹੀਂ, ਲੇਕਿਨ ਉਹਦੀ ਆਪਣੀ ਇਮਾਨਦਾਰੀ ਹੈ, ਉਹਦਾ ਆਪਣਾ ਇੱਕ ਵਰਚਸਵ ਹੈ, ਉਹਦਾ ਵੀ ਸਨਮਾਨ ਕਰਦੇ ਹਾਂ ਅਸੀਂ। ਸਾਨੂੰ ਲੋਕਾਂ ਨੇ ਮੈਂਡੇਟ ਦਿੱਤਾ, ਸਾਨੂੰ ਲੋਕਾਂ ਨੇ ਤਾਕਤ ਦਿੱਤੀ ਹੈ, ਉਹਦਾ ਵੀ ਅਸੀਂ ਸਨਮਾਨ ਕਰਦੇ ਹਾਂ, ਦੁਰਉਪਯੋਗ ਨਹੀਂ ਕਰਦੇ ਬਈ। ਹੁਣ ਮੈਂ ਕੋਈ ਇਹ ਤਾਂ ਹੈ ਨਹੀਂ ਵੀ ਮੈਂ ਮੁਨਸ਼ੀ ਲੱਗਿਆ ਅਤੇ ਮੈਨੂੰ ਪਤਾ ਹੈ ਵੀ ਪਰਚਾ ਕਾਹਦਾ ਦਿੱਤਾ ਅਤੇ ਕੀ ਦਿੱਤਾ, ਉਸ ਗੱਲ ਨੂੰ ਛੱਡ ਦੇ। ਉਹ ਗੱਲਾਂ ਪੁਲਿਸ ਦੇ ਲੈਵਲ ਦੇ ਉੱਤੇ ਹੀ ਸੁਲਝ ਸਕਦੀਆਂ ਨੇ, ਉਹੀ ਦੱਸ ਸਕਦੇ ਨੇ। ਹਾਂ ਮੈਂ ਇੰਨਾ ਜ਼ਰੂਰ ਕਹਿੰਦਾ ਕਿ ਉਹ ਇੱਕ ਇਮਾਨਦਾਰ ਪੋਲੀਟੀਸ਼ੀਅਨ ਹੈ ਔਰ ਉਹਦਾ ਇੱਕ ਵਰਚਸਵ ਹੈ, ਜਿਹੜਾ ਬੰਦਾ 2-3 ਵਾਰ ਜਿੱਤਦਾ ਅਤੇ ਉਹਦੇ 'ਚ ਕੁਛ ਤਾਂ ਹੁੰਦਾ ਨਾ।